ਕਿਸੇ ਦਾ ਇੰਤਜ਼ਾਮ ਕਰਨਾ ਤਾਂ ਕਿ ਤੁਸੀਂ ਵੋਟ ਪਾ ਸਕੋ। ਇਹ ਜਿਹੜੀ ਵੋਟ ਆ ਇਹ ਬਿਲਕੁਲ ਇੱਕਦਮ ਕਲੀਅਰ ਕੱਟ ਆ। ਪਿਛਲੇ ਦਿਨ ਕੁਝ ਕਨਫਿਊਜ਼ਨ ਹੋਇਆ ਸੀ ਪੇ ਇਲੈਕਸ਼ਨ ਸ਼ਨਿਚਰਵਾਰ ਯਾਨੀ ਕਿ ਯੈਸਟਰਡੇ ਲਈ ਕਾਰਸਪੋਂਡੈਂਸਾਂ ਕਾਫੀ ਆਈਆਂ ਸੀ। ਵੈਲ ਉਹਦੀ ਡਿਟੇਲ ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ, ਪਰ ਉਹ ਕੋਰਟ ਨੇ ਮਨਾ ਕਰਤਾ ਹੋਇਆ। ਹੋਰ ਵੀ ਕਈ ਰਿਸਟ੍ਰਿਕਸ਼ਨਾਂ ਲਾਈਆਂ ਨੇ ਜਿਨ੍ਹਾਂ ਨੇ ਇਹ ਉਪਰਾਲੇ ਕੀਤੇ ਸੀ ਵੀ ਇਸ ਤਰ੍ਹਾਂ ਦਾ ਅਸੀਂ ਇਹ ਪ੍ਰੋਸੈਸ ਕਰਕੇ ਕਮੇਟੀ ਨੂੰ ਬਾਈਲਾਜ਼ ਨੂੰ ਰੂਲਸ ਐਂਡ ਰੈਗੂਲੇਸ਼ਨ ਨੂੰ ਬਾਈਪਾਸ ਕਰਕੇ ਇਲੈਕਸ਼ਨ ਕਰਵਾ ਦਈਏ ਤਾਂ ਕਿ ਬਾਅਦ ਚ ਜੋ ਵੀ ਕੋਰਟ ਵਿੱਚ ਡਿਸੀਜ਼ਨ ਹੋਏਗਾ ਦੇਖਾਂਗੇ। ਪਰ ਇੱਦਾਂ ਦੇ ਕੰਮ ਹੱਲਾ ਗੋਰੀ ਲੜਾਈ ਦਾ ਮਾਹੌਲ ਕਰਨਾ ਗੁਰੂ ਘਰ ਦੇ ਵਿੱਚ ਸੋਹਣਾ ਨਹੀਂ ਲੱਗਦਾ। ਮੈਂ ਪਿਛਲੇ ਐਤਵਾਰ ਵੀ ਐਡਰੈਸ ਕੀਤਾ ਸੀ ਇਹ ਚੰਗੀਆਂ ਚੀਜ਼ਾਂ ਨਹੀਂ। ਅਸੀਂ ਖਿਆਲਾਤ ਸਾਡੇ ਡਿਫਰ ਹੋ ਸਕਦੇ ਆ ਯੈਸ, ਪਰ ਰੂਲਸ ਐਂਡ ਰੈਗੂਲੇਸ਼ਨ ਬਾਈ ਲਾਜ ਜਿਹਦੇ ਮੁਤਾਬਕ ਐਟਲੀਸਟ ਅਸੀਂ ਐਸ ਕੰਟਰੀ ਚ ਆਏ ਹਾਂ ਹਰ ਚੀਜ਼ ਬਾਈ ਰੂਲਸ ਐਂਡ ਰੈਗੂਲੇਸ਼ਨ ਹੁੰਦੀ ਆ, ਲਾਅ ਦੇ ਮੁਤਾਬਕ ਹੁੰਦੀ ਆ। ਇੰਡੀਆ ਦਾ ਆਪਣੀ ਐਟੀਚਿਊਡ ਜਿਹੜੇ ਨੇ ਉਹਨਾਂ ਨੂੰ ਛੱਡ ਜਾਣਾ ਚਾਹੀਦਾ ਕਿਉਂਕਿ ਉੱਥੇ ਬੜਾ ਕੁਛ ਹੋ ਸਕਦਾ, ਸਭ ਕੁਛ ਹੋ ਸਕਦਾ, ਪਰ ਇੱਥੇ ਉਹ ਜਿਹਾ ਮਾਹੌਲ ਕ੍ਰੀਏਟ ਕਰਨਾ ਸ਼ੋਭਾ ਨਹੀਂ ਦਿੰਦਾ, ਖਾਸ ਕਰਕੇ ਗੁਰੂ ਘਰਾਂ ਦੇ ਵਿੱਚ। ਜਿਉਂ ਵੀ ਸਾਨੂੰ ਜ਼ਿਆਦਾ ਡਿਟੇਲ ਆਏਗੀ ਵੀ ਇਲੈਕਸ਼ਨ ਕਿਹੜੇ ਦਿਨ ਆ ਉਹ ਤੁਹਾਨੂੰ ਬੈਲਟ ਆ ਜਾਣਗੇ, ਮੋਸਟ ਪ੍ਰੋਬਬਲੀ 24 ਤਰੀਕ ਤੋਂ ਪਹਿਲਾਂ ਬੈਲਟ ਆ ਜਾਣਗੇ। ਬਾਕੀ ਇਲੈਕਸ਼ਨ ਕੰਪਨੀ ਜਿਹੜੀ ਆ ਉਹਨੂੰ ਪਤਾ ਕਿੱਦਾਂ ਹੈਂਡਲ ਕਰਨਾ। ਇਹ ਬਾਈ ਮੇਲ ਜਿਹੜੀਆਂ ਹੋਈਆਂ ਨੇ ਇਹ ਬੇਸਿਕਲੀ ਕੋਰੋਨਾ ਨੂੰ ਮੱਦੇਨਜ਼ਰ ਰੱਖਦਿਆਂ ਹੋਈਆਂ, ਜਿਹਦਾ ਕਿ ਸਾਨੂੰ ਕੋਈ ਵੀ ਚਾਂਸ ਅਜੇ ਵੀ ਨਹੀਂ ਲੈਣਾ ਚਾਹੀਦਾ। ਫਿਰ ਵੀ ਜਿਹੜੇ ਬਜ਼ੁਰਗ ਨੇ ਜਾਂ ਬੁੱਢੇ ਬੰਦੇ ਆ ਮੇਰੇ ਵਰਗੇ ਜਾਂ ਬੱਚੇ ਨੇ ਉਹ ਮਾਸਕ ਪਾ ਲੈਣ ਤੇ ਚੰਗੀ ਗੱਲ ਆ, ਆਪਣਾ ਬਚਾਅ ਦੇ ਵਿੱਚ ਬਚਾਓ ਆ। ਇਸੇ ਕਰਕੇ ਜਿੱਦਾਂ ਵੀ ਕੋਈ ਇਨਫੋਰਮੇਸ਼ਨ ਇਲੈਕਸ਼ਨ ਦੇ ਬਾਰੇ ਆਏਗੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ, ਪਰ ਇਹ ਗੱਲ ਜ਼ਰੂਰੀ ਆ ਇਲੈਕਸ਼ਨ ਬਿਲਕੁਲ ਫੇਅਰ ਹੋਏਗੀ, ਕਿਸੇ ਕਿਸਮ ਦਾ ਕੋਈ ਵੀ ਗੜਬੜ ਨਹੀਂ, ਭਾਵੇਂ ਉਹ ਆਹ ਗਰੁੱਪ ਆ ਭਾਵੇਂ ਉਹ ਆਹ ਗਰੁੱਪ ਆ। ਜਦੋਂ ਮੈਂ ਗੁਰੂ ਦਸ਼ਮੇਸ਼ ਦਰਬਾਰ ਦੀ ਪੋਡੀਅਮ ਤੇ ਬੋਲ ਰਿਹਾ ਮੈਂ ਕਿਸੇ ਵੀ ਗਰੁੱਪ ਨੂੰ ਬਿਲੋਂਗ ਨਹੀਂ ਕਰਦਾ, ਇਹ ਮੇਰੀ ਜਾਬ ਆ, ਮੇਰੀ ਰਿਸਪੋਂਸੀਬਿਲਿਟੀ ਆ ਕਿ ਇਹ ਪ੍ਰੋਸੈਸ ਬੜੇ ਆਰਾਮ ਨਾਲ ਬਹੁਤ ਤਰੀਕੇ ਨਾਲ ਫੇਅਰਨੈਸ ਨਾਲ ਹੋਏ। ਹੋਈਆਂ ਫੁੱਲਾਂ ਦੀ ਖੇਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।